ਆਪ ਸਭ ਨੂੰ ਮੇਰੇ ਵੱਲੋਂ ਪਾਸਟਰ ਸਰਵਨ ਮੇਜ਼ਰ ਵੱਲੋਂ ਪਿਆਰ ਭਰਿਆ ਸਲਾਮ ਪਹੁੰਚੇ ਜੈਮ ਸਿੱਖੀ। ਸੋ ਪ੍ਰਭੂ ਦੀ ਦਇਆ ਦੇ ਨਾਲ ਅੱਜ 22 ਮਈ ਬੁੱਧਵਾਰ ਸ਼ਾਮ 7 ਵਜੇ ਜੋ ਖੁਸ਼ਖਬਰੀ ਦੀ ਸਭਾ, ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਲਈ ਰੱਖੀ ਗਈ ਹੈ ਘੁਮਾਣ ਵਿਖੇ। ਜਦੋਂ ਅਸੀਂ ਘੁਮਾਣ ਤੋਂ ਸ਼੍ਰੀ ਹਰਗੋਬਿੰਦਪੁਰ ਰੋਡ ਆਉਂਦੇ ਹਾਂ ਤਾਂ ਪਹਿਲਾ ਭੱਠਾ, ਇੱਟਾਂ ਵਾਲਾ ਪਹਿਲਾ ਭੱਠਾ, ਅਤੇ ਜਦੋਂ ਸ਼੍ਰੀ ਹਰਗੋਬਿੰਦਪੁਰ ਤੋਂ ਘੁਮਾਣ ਨੂੰ ਆਉਂਦੇ ਹਾਂ ਫਿਰ ਤੀਸਰਾ ਭੱਠਾ। ਸੋ ਮੈਂ ਦੱਸਣਾ ਚਾਹੁੰਦਾ ਕਿ ਇਸ ਰੋਡ ਦੇ ਉੱਪਰ 3 ਭੱਠੇ ਨੇ ਔਰ ਇਹ ਲੋਕੇਸ਼ਨ ਆ ਕਿ ਜਦੋਂ ਸ਼੍ਰੀ ਹਰਗੋਬਿੰਦਪੁਰ ਤੋਂ ਤੁਸੀਂ ਘੁਮਾਣ ਨੂੰ ਆਉਂਦੇ ਹੋ ਤੀਸਰੇ ਨੰਬਰ ਦਾ ਭੱਠਾ ਗਿਣਦੇ ਹੋਣਾ ਇੱਕੋ ਸਾਈਡ 'ਤੇ ਆਉਂਦੇ ਆ ਔਰ ਜਦੋਂ ਤੁਸੀਂ ਘੁਮਾਣ ਤੋਂ ਸ਼੍ਰੀ ਹਰਗੋਬਿੰਦਪੁਰ ਨੂੰ ਜਾਂਦੇ ਹੋ ਤਾਂ ਪਹਿਲਾ ਭੱਠਾ। ਸੋ ਆਪਦੀ ਦੁਆ ਦੇ ਸਦਕਾ ਪਰਮੇਸ਼ੁਰ ਦੀ ਕਿਰਪਾ ਦੇ ਨਾਲ ਖੁਦਾਵੰਦ ਨੇ ਕਿਰਪਾ ਬਖਸ਼ੀ ਔਰ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਪਰਮੇਸ਼ੁਰ ਦੀ ਕਿਰਪਾ ਦੇ ਵਿੱਚ, ਪਰਮੇਸ਼ੁਰ ਦੀ ਦਇਆ ਦੇ ਵਿੱਚ ਖੁਦਾਵੰਦ ਨੇ ਸਾਨੂੰ ਸਮਾਂ ਦਿੱਤਾ ਕਿ ਅਸੀਂ ਪਰਮੇਸ਼ੁਰ ਦੀ ਮਹਿਮਾ ਦੇ ਲਈ ਇਸਤੇਮਾਲ ਹੋ ਸਕੀਏ, ਪਰਮੇਸ਼ੁਰ ਦੇ ਵਚਨ ਦੀ ਮੁਨਾਦੀ ਦੇ ਲਈ ਇਸਤੇਮਾਲ ਹੋ ਸਕੀਏ। ਸੋ ਮੇਰਾ ਵਿਸ਼ਵਾਸ ਆ ਕਿ ਅੱਜ ਦੀ ਸ੍ਰੇਸ਼ਟ ਸਭਾ ਦੌਰਾਨ ਜੇ ਕੋਈ ਦੁਖੀ ਬਿਮਾਰ ਲਾਚਾਰ ਆਉਂਦਾ ਹੈ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ, ਮੈਂ ਦੱਸਣਾ ਚਾਹੁੰਦਾ ਹਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਸੰਪੂਰਨ ਰੂਪ ਦੇ ਵਿੱਚ ਉਹ ਚੰਗਿਆਈ ਨੂੰ ਪ੍ਰਾਪਤ ਕਰੇਗਾ। ਔਰ ਮੈਂ ਦੱਸਣਾ ਚਾਹੁੰਦਾ ਹਾਂ ਅਗਰ ਤੁਹਾਡੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਕੋਈ ਦੁਖੀ ਬਿਮਾਰ ਲਾਚਾਰ ਹੈ ਤਾਂ ਤੁਹਾਡੇ ਅੰਦਰ ਉਹ ਜਨੂੰਨ ਹੋਣਾ ਚਾਹੀਦਾ ਹੈ ਜੋ ਅਧਰੰਗੀ ਨੂੰ ਚੁੱਕਣ ਵਾਲੇ 4 ਲੋਕਾਂ ਦੇ ਵਿੱਚ ਸੀ। ਵਿਸ਼ਵਾਸ ਦੇ ਨਾਲ ਲੈ ਕੇ ਆਓ। ਯੀਸ਼ੂ ਮਸੀਹ ਨੇ ਆਖਿਆ ਨਾ ਤੇਰੀ ਨੇਚਾ ਨੇ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ। ਤਾਂ ਮੈਂ ਪਰਮੇਸ਼ੁਰ ਦੀ ਚੇਅਰ ਕੱਢ ਦਿਓ, ਬਾਹਰ ਇੱਥੇ ਕੱਢ ਦਿਓ। ਪਰਮੇਸ਼ੁਰ ਦੀ ਕਿਰਪਾ ਦੇ ਵਿੱਚ, ਪਰਮੇਸ਼ੁਰ ਦੇ ਖੌਫ ਦੇ ਵਿੱਚ ਰਹਿ ਕੇ ਦੱਸਣਾ ਚਾਹੁੰਦਾ ਹਾਂ ਕਰਨਾ ਉਸ ਖੁਦਾ ਨੇ ਸਭ ਕੁਛ ਹੈ ਪਰ ਐਸਾ ਕੋਈ ਵੀ ਕੰਮ ਨਹੀਂ ਆ ਜੋ ਨਹੀਂ ਹੋਵੇਗਾ, ਐਸਾ ਕੋਈ ਵੀ ਕੰਮ ਨਹੀਂ ਆ ਕਿ ਜੋ ਇਸ ਸਮੇਂ ਸੰਪੂਰਨ ਨਹੀਂ ਹੋ ਸਕਦਾ। ਤਾਂ ਮੈਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਆਪ ਸਭ ਨੂੰ ਐਡਵਾਂਸ ਦੇ ਵਿੱਚ ਮੁਬਾਰਕਬਾਦ ਦੇਣਾ, ਵਧਾਈ ਦੇਣਾ ਹਾਂ ਅੱਜ ਦੀ ਸ੍ਰੇਸ਼ਟ ਸਭਾ ਦੇ ਵਿੱਚ। ਜੇ ਕੋਈ ਬਿਮਾਰ ਆਉਂਦਾ ਹੈ ਸੋ ਕਹਿਣ ਦਾ ਭਾਵ ਜਿਸ ਹਾਲਾਤ ਦੇ ਵਿੱਚ ਤੁਸੀਂ ਆਉਂਦੇ ਹੋ ਉਸ ਹਾਲਾਤ ਦੇ ਵਿੱਚ ਵਾਪਸ ਨਹੀਂ ਜਾਓਗੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ।